अस्सलाम वालेकुम दोस्तों, तुम वेख रहे हो इतमाल टीवी ते मैं तुहाडा दोस्त मोहम्मद आसिफ। दोस्तों तुहाडे वास्ते लैके आया पहलन चोटी। दोस्तों पहलन चोटी वेखण तो पहले साडे चैनल करो सबसक्राइब ते बैल आइकन बटन जरूर प्रेस करो ताकि साडी हर आवण वाली वीडियो तुहाडे तक पहुँच सके। कैमरामैन चोटी उसंदा, फिर आपां मालिक नाल गल करदे हां। खोल किन्नियां ਪਹਿਲਾ ਦਾ ਕੱਢਿਆ 6 ਕਿਲੋ 6 ਕਿਲੋ ਮੁਕੰਮਲ ਚੋਗ ਸਾਰੀ ਦਿਨ ਚੁਗਾ ਕੇ ਬੱਚਨ ਚੁਗਾ ਕੇ 6 ਕਿਲੋ ਤੇ ਹੁਣ ਦੂਸਰਾ ਚਵਾਈ ਚ ਦੂਸਰੀ ਚਵਾਈ ਚ ਵਿੱਚ ਹੋਇਆ ਸੀ 2.5 ਕਿਲੋ ਅੱਜ ਸਵੇਰ ਚ ਦਿੱਤਾ ਸੀ 3 ਕਿਲੋ ਦੋ ਥਾਂ ਤੇ ਕਿਹੜੇ ਦੋ ਥਾਂ ਚੋਏ ਨੇ ਜੀ ਸਾਈਡ ਵਾਲੇ ਚ 3 ਕਿਲੋ ਦੋ ਥਾਂ ਜੀ ਅੱਜ ਸਵੇਰ ਨਾਲ ਹਾਂਜੀ ਠੀਕ ਹੋ ਗਿਆ ਅੱਛਾ ਭਾਈ ਤੇ ਥੱਲੇ ਬੱਚਾ ਕੱਟਾ ਹਾਂਜੀ ਕੱਟਾ ਠੀਕ ਹੈ ਦੋਸਤੋ ਤੁਹਾਨੂੰ ਕੱਟਾ ਵੀ ਵਿਖਾਇਆ ਤੇ ਜੋਟੀ ਵੀ ਵਿਖਾਈ ਹੈ ਅੱਜ ਕੱਲ੍ਹ ਜਾਨੀ ਕਿ ਸੂਈ ਇਹ ਦੋ ਇੱਕ ਦਿਨ ਹੋਇਆ ਸੂ ਆ 3 ਚੁਆਈਆਂ ਕੀਤੀਆਂ ਸੂ ਤੀਸਰੀ ਚੁਆਈ ਤੇ ਭਾਈ ਉਹ ਰਿਕਾ ਰਹੇ ਹਨ ਸਾਈਡ ਵਾਲੇ ਥਣਾ ਚੋਂ 3 ਕਿਲੋ ਦੁੱਧ ਚੋਇਆ ਅੱਛਾ ਭਾਈ ਇਹਦੀ ਕੀਮਤ ਜਿਹੜੀ ਨਾ ਕਿਤਨੀ ਹੈ ਜਾਇਜ਼ ਮੁਨਾਸਬ ਕਰਿਆ 2,20,000 ਹਾਂਜੀ 2,20,000 ਤਾਂ ਜੀ ਸਾਜੇ ਸਾਹਿਬ ਬਹੁਤ ਜ਼ਿਆਦਾ ਤੁਸੀਂ ਮੰਗ ਲਈ ਮੇਰੇ ਹਿਸਾਬ ਨਾਲ ਕਿਤਨੀ ਮਿਲੀ ਤੁਸੀਂ ਦੱਸ ਦਿਓ ਕਿੰਨਾ ਜੀ
ਸਾਡੇ ਦੱਸਿਆ ਤਾਂ ਜੀ ਪਤਾ ਕੀ ਗੱਲ ਸਾਡੇ ਦੋਸਤਾਂ ਪਸੰਦ ਕਰਨੀ ਹੈ ਉਹਨਾਂ ਲੈਣੀ ਹੈ ਅਸਾਂ ਤਾਂ ਜਿਵੇਂ ਤਰਾਕਲੀ ਵਾਲੀ ਗੱਲ ਵੀ ਅਸਾਂ ਵਿਖਾਉਣੀ ਉਹਨਾਂ ਪਸੰਦ ਕਰਨੀ ਤੁਸਾਂ ਦੇਣੀ ਤੁਸੀਂ ਜਾਇਜ਼ ਕਾਰ ਛੱਡੋ ਵੀ ਇਤਨੇ ਦੀ ਆਇਆ ਇਤਨੇ ਦੀ ਦੇਣੀ ਹੈ ਸਾਡੇ ਤਾਂ ਰਹਿੰਦੇ ਕੋਈ ਨਹੀਂ ਅਸੀਂ ਤਾਂ ਆਖੀ ਤਾਂ ਤੁਸਾਂ ਸ਼ਾਇਦ ਨਾਰਾਜ਼ ਹੋ ਜਾਓ ਤੁਸੀਂ ਦੱਸ ਦਿਓ ਨਾਰਾਜ਼ ਹਾਂ ਕਿਉਂ ਨਹੀਂ ਜੀ ਅਸਾਂ ਨਹੀਂ ਦੱਸਣੀ ਸਾਡੇ ਤਾਂ ਨਹੀਂ ਸਾਡੇ ਦੋਸਤਾਂ ਪਸੰਦ ਕਰਨੀ ਉਹਨਾਂ ਨੇ ਦੱਸਣੀ ਕਰਨੀ ਉਹਨਾਂ ਨੂੰ ਅਸੀਂ ਐਵੇਂ ਦੱਸੀਏ ਉਹਨਾਂ ਪਸੰਦ ਆਵੇ ਜੇ ਤੁਹਾਨੂੰ ਦੱਸੀਏ ਤੁਹਾਨੂੰ ਨਾ ਪਸੰਦ ਆਵੇ ਤਾਂ ਫਿਰ ਇਸ ਤਰ੍ਹਾਂ ਦੱਸਣਾ ਤਾਂ ਤੁਹਾਨੂੰ ਪੈਣਾ ਹੀ ਆਏ ਨਹੀਂ ਉਹ ਸਾਡੇ ਦੋਸਤ ਦੱਸਣਗੇ ਲੇਕਿਨ ਤੁਸੀਂ ਆਪਣਾ ਹਿਸਾਬ ਜਿਹੜਾ ਸਹੀ ਫਾਈਨਲ ਰੇਟ ਜਿਹੜਾ ਨਾ ਉਹ ਦੱਸੋ ਪੰਜ ਘੱਟ ਦੇ ਦਿਓ ਸਾਜਰ ਸਾਹਿਬ ਪੰਜ ਨਾਲ ਤਾਂ ਗੱਲ ਕਰ ਨਹੀਂ ਬਣਦੀ ਕੋਈ ਘਟਾਓ ਤਾਂ ਚੰਗੇ ਘਟਾਓ ਸਾਡੀ ਕੋਲ ਸਫ਼ਰ ਕਰਕੇ ਆਇਆ ਸਾਡਾ ਵੀ ਪਤਾ ਲੱਗੇ ਵੀ ਦੇਖੋ ਸਫ਼ਰ ਕਰਕੇ ਆਇਆ ਨੇ ਤਾਂ ਇੱਜ਼ਤ ਪਿਆਰ ਕਰੋ ਸਾਡੇ ਦੋਸਤ ਵੀ ਆਉਂਦੇ ਨੇ ਲੈਂਦੇ ਨੇ ਸਫ਼ਰ ਕਰਕੇ ਕਿਰਾਇਆ ਭਰ ਕੇ ਆਉਂਦੇ ਨੇ ਅਕਸਰ ਜ਼ਿਆਦਾ ਦੋਸਤ ਸਾਡੇ ਸਫ਼ਰ ਤੋਂ ਆਉਂਦੇ ਨੇ ਦੂਰੋਂ ਮੁੜ ਆਉਂਦੇ ਨੇ ਯਾਰ ਤਾਂ ਕੋਈ ਨਾ ਗੱਲ ਹੋਈ ਪਿਆਰ ਮੁਹੱਬਤ ਨਹੀਂ ਕਰੀਂਦੇ ਹੋ ਤੁਸੀਂ ਚਲੋ ਤੁਸੀਂ ਦੱਸੋ ਤਾਂ ਸਹੀ ਨਾ ਕੋਈ ਸਾਨੂੰ ਨਹੀਂ ਸਰ ਸਾਡੇ ਦੱਸਣ ਨਾਲ ਤੁਸੀਂ ਆਪ ਤੁਸੀਂ ਖੁਦ ਦੱਸੋ ਵੀ ਆਪਣਾ ਇਤਨਾ ਮਾਲ ਇਤਨਾ ਦੀ ਫਾਈਨਲ ਦੇਣੀ ਪਤਾ ਲੱਗ ਜਾ ਚਲੋ 10 ਦੀ ਲੈ ਜਾ 2,10,000 ਹਾਂਜੀ ਹਾਲੇ ਵੀ ਜ਼ਿਆਦਾ ਯਾਰ ਚਲੋ 5 ਦੀ ਫਾਈਨਲ ਹੈ ਤੂੰ ਘੱਟ ਨਹੀਂ 2,05,000 ਹੋਰ ਕੋਈ ਪਿਆਰ ਮੁਹੱਬਤ ਬਸ ਜੀ ਮੈਂ ਤਾਂ ਨਾ ਕਰੋ ਕੋਈ ਮੁਹੱਬਤ ਕੀ ਕੀ ਹੈ ਹੋਰ ਕਿੰਨੀ ਕਰੋ ਫਾਈਨਲ ਜੀ ਕਰੋ ਪੱਕੀ ਜੀ ਇਸ ਤੋਂ ਘੱਟ ਨਹੀਂ ਦੇਣੀ ਹਾਂਜੀ ਇਹ ਪੱਕੀ ਹੈ ਇਸ ਤੋਂ ਘੱਟ ਨਹੀਂ ਦੇਣੀ ਚਲੋ ਠੀਕ ਹੈ ਦੋਸਤੋ ਬਾਕੀ ਜੋਟੀ ਹੈ ਕਿੰਨਾ ਕੁ ਦੁੱਧ ਕਰੇਗੀ ਬੋਲਾ ਤਾਂ ਤੁਸੀਂ ਦੱਸਿਆ ਚਲੋ ਫਿਰ ਵੀ ਕੋਈ ਅੰਦਾਜ਼ਾ ਵੀ ਬੰਦਾ ਅੰਦਾਜ਼ਾ ਹੀ ਹੁੰਦਾ ਕਰ ਆਉਂਦੀ ਹੈ ਬਾਕੀ ਦੁੱਧ ਕੋ 14-15 ਕਿਲੋ ਦੇ ਦੇ ਨਹੀਂ ਨਹੀਂ 14-15 ਕਿਲੋ ਬੜਾ ਦੁੱਧ ਹੁੰਦਾ ਜੀ ਦੁੱਧ ਹੁੰਦਾ 14-15 ਕਿਲੋ ਜੀ ਵੇਖੋ ਨਾ ਨਹੀਂ ਕੀ ਪਤਾ ਨਹੀਂ ਨਹੀਂ ਪਤਾ ਨਹੀਂ ਜਿਹੜੀ ਪੱਕੀ ਜੀ ਕੋਈ ਆਈਡੀਆ ਹੁੰਦਾ ਤੁਹਾਡੇ ਘਰ ਦੀ ਚੋਟੀ ਆਈਡੀਆ 14 ਕਿਲੋ ਨੂੰ ਘੱਟ ਨਹੀਂ ਦੇਣ ਲੱਗੀ ਨਹੀਂ ਜੀ ਜ਼ਿਆਦਾ ਵੀ ਜਾਈਏ ਨਾ ਜਿਹੜਾ ਸਾਡਾ ਜ਼ਿਹਨ ਮੰਨਦਾ ਹੁਣ ਤੁਹਾਡੀ ਸ਼ਾਇਦ ਤੁਸੀਂ ਤਾਂ ਕਹਿ ਸਕਦੇ ਹੋ 8 ਤੋਂ 10 ਕਿਲੋ ਹੈ ਸਾਡਾ ਤੁਸੀਂ ਇਸ ਤਰ੍ਹਾਂ ਕਰੋ ਨਾ ਭਾਈ ਤੁਹਾਡਾ ਤੁਸੀਂ ਇਸ ਤਰ੍ਹਾਂ ਕਰੋ ਨਾ ਤੁਸੀਂ ਆਪਣਾ ਨਾ ਨੰਬਰ ਵਿੱਚ ਬੋਲ ਛੱਡੋ ਤਾਂ ਕਿ ਤੁਹਾਡੇ ਸਾਡੇ ਦੋਸਤ ਰਹੇ 12 ਕਿਲੋ ਚੁੱਟੀ ਆਰਾਮ ਨਾਲ ਦੁੱਧ ਦੇ ਦੀ ਇਹ 12 ਕਿਲੋ ਤੁਸੀਂ ਚਵਾਓਗੇ ਦੁੱਧ ਦਾ ਚਵਾ ਦਿਆਂ ਚਲੋ ਜੀ ਬੜੀ ਗੱਲ ਹੈ ਜੇ 12 ਕਿਲੋ ਚਵਾਓ ਤੇ ਸਾਡੇ ਦੋਸਤ ਵੀ ਸੁਣ ਵੀ ਰਹਿਣ ਤੇ ਮਾਸ਼ਾਅੱਲਾ ਜੋਟੀ ਸੋਹਣੀ ਵੀ ਹੈ ਬਾਕੀ ਨੰਬਰ ਤੁਸੀਂ ਭਾਈ ਬੋਲ ਛੱਡੋ ਆਪਣਾ ਵਿੱਚ ਨੰਬਰ ਫੋਈ ਸਾਹਿਬ ਤੁਸੀਂ ਬੋਲੋ ਨਾ ਆਪਣਾ ਭਾਈ ਹੋਰਾਂ ਦਾ ਨੰਬਰ ਇਹ ਭਾਈ ਹੋਰਾਂ ਦਾ ਨੰਬਰ ਬੋਲੋ ਜੀ 0300 ਉਹਨਾਂ ਦੇ ਵੱਡੇ ਭਾਈ ਨੇ ਤਾਂ ਕਰਕੇ ਆਖਿਆ ਇਹਨਾਂ ਨੇ ਕਰਨੀ ਜਿਹੜੀ ਕਰਨੀ ਅੱਛਾ ਤੁਸੀਂ ਭਾਈ ਕਰਨੇ ਤੁਹਾਡਾ ਆਪਣਾ ਮੈਂ ਨੰਬਰ ਬੋਲਾਂ ਆਪਣਾ ਇੱਥੇ ਆ ਕੇ ਬੋਲ ਛੱਡੋ ਤੁਸੀਂ ਕਰਨੀ ਜੇ ਤੁਸੀਂ ਇੱਥੇ ਆ ਕੇ ਕਰੋ 0300 43 ਜੀ 0735 48 ਸਾਡੇ ਦੋਸਤਾਂ ਦੀ ਜ਼ਿਆਦਾਤਰ ਫਰਮਾਇਸ਼ ਹੈ ਕਿ ਨੰਬਰ ਤੁਸੀਂ ਨਹੀਂ ਦਿੰਦੇ ਹੋ ਨੰਬਰ ਜਨਾਬ ਅਸੀਂ ਦੇ ਛੱਡਿਆ ਤੇ ਇਨਸ਼ਾਅੱਲਾ ਸਾਡੇ ਨਾਲ ਰਾਬਤਾ ਕਰਨਾ ਚਾਹੋ ਸਾਡੇ ਨਾਲ ਕਰ ਸਕਦੇ ਹੋ ਭਾਈ ਹੋਰਾਂ ਨਾਲ ਰਾਬਤਾ ਕਰਨਾ ਚਾਹੋ ਤੇ ਭਾਈ ਹੋਰਾਂ ਨਾਲ ਕਰ ਸਕਦੇ ਹੋ ਤੇ ਜੋਟੀ ਤੁਹਾਨੂੰ ਵਿਖਾ ਦਿੱਤੀ ਦੋਸਤੋ ਪਸੰਦ ਕਰਕੇ ਖਰੀਦ ਸਕਦੇ ਹੋ ਦੋਸਤੋ ਸਾਡੇ ਚੈਨਲ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਟਰਮ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਹਾਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮਿਲਣੇ ਆ ਦੋਸਤੋ ਅਗਲੀ ਵੀਡੀਓ ਤੱਕ ਇਜਾਜ਼ਤ ਦਿਓ ਖੁਦਾ ਹਾਫਿਜ਼